18 ਤਰੀਕ ਨੂੰ ਕੁਝ 18 ਤਰੀਕ ਨੂੰ ਸਾਡੇ ਕੋਲੇ ਕੰਪਲੇਂਟ ਆਈ ਸੀ ਕਿ ਕੋਈ ਲੇਡੀ ਸੀਗੇ ਉਹਨਾਂ ਤੋਂ ਕੋਈ ਮੋਟਰਸਾਈਕਲ ਤੇ ਆਏ ਸੀ ਦੋ ਮੁੰਡੇ ਤੇ ਉਹਨਾਂ ਦਾ ਪਰਸ ਸਨੈਚ ਕਰਕੇ ਲੈ ਗਏ ਸੀ ਤੇ ਨਾਲ-ਨਾਲ ਅਸੀਂ ਉਹਨਾਂ ਦੇ ਪਿੱਛੇ ਵੀ ਉਹਨੇ ਉਸ ਟਾਈਮ ਤੋਂ ਹੀ ਲੱਗੇ ਹੋਏ ਸੀਗੇ ਤੇ ਸਾਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਉਹਦੇ ਵਿੱਚ ਆਪਾਂ ਦੋਨੋਂ ਸਨੈਚਰਸ ਜਿਹੜੇ ਮੌਕੇ ਤੇ ਆਏ ਸੀ ਖੋਲ ਉਹ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਬੈਗ ਉਹ ਬਰਾਮਦ ਕਰ ਲਿਆ ਜਿਹੜਾ ਹੋਰ ਸਮਾਨ ਸੀਗਾ ਵਿੱਚ ਉਹ ਵੀ ਬਰਾਮਦ ਹੋ ਗਿਆ ਜੀ ਡਾਲਰਸ ਕੁਝ ਆਪਾਂ ਬਰਾਮਦ ਕਰ ਲਏ ਹੈਗੇ ਕੁਝ ਸਾਡੇ ਕੋਲ ਇਨਪੁੱਟ ਹੈ ਵੀ ਜਿੱਥੇ ਅੱਗੇ ਚੇਂਜ ਕਰਵਾਏ ਨੇ ਇਹਨਾਂ ਨੇ ਉੱਥੇ ਹੁਣ ਅੱਗੇ ਰੇਡ ਕਰਕੇ ਤੇ ਬਾਕੀ ਦੇ ਬਰਾਮਦ ਕਰਾਂਗੇ ਇੱਕ ਤਾਂ ਕੋਟਪੁਰ ਦਾ ਰਹਿਣ ਵਾਲਾ ਹੈ ਤਿੰਨ ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਨੇ ਤੇ ਇਹਨਾਂ ਤੇ ਪਹਿਲਾਂ ਵੀ 379 411 ਦੇ ਚੋਰੀਆਂ ਮੁਕੱਦਮੇ ਟਰੱਸਟ ਸੀਗਾ ਜੀ ਐਸਐਸਪੀ ਸਾਹਿਬ ਨੇ ਦਵਾਇਆ ਤੇ ਸੀਏ ਸਟਾਫ ਨੇ ਬਹੁਤ ਉਸ ਵਕਤ ਦੁੱਖ ਤਾਂ ਬਹੁਤ ਲੱਗਿਆ ਮੈਂ ਨਹੀਂ ਸਾਨੂੰ ਸੀਗਾ ਵੀ ਬਾਬਾ ਫਰੀਦ ਨੇ ਆਇਆ ਸੀ ਸਾਡੀ ਹੱਕ ਦੀ ਕਮਾਈ ਹੈ ਕਿਤੇ ਨਹੀਂ ਜਾਂਦੀ 26 ਜਨਵਰੀ ਨੂੰ ਮੁੱਖ ਰੱਖਦਿਆਂ ਹੋਇਆਂ ਫਰੀਦਕੋਟ ਪੁਲਿਸ ਦੀ ਗੱਲ ਕਰੀਏ ਤਾਂ ਫਰੀਦਕੋਟ ਪੁਲਿਸ ਜਿਹੜੀ ਸਤਰਕ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੀ ਦਿਨ ਤੇ ਰਾਤ ਦੀ ਚੈਕਿੰਗ ਚੱਲ ਰਹੀ ਹੈ ਤਾਂ ਵੱਡਾ ਜਿਹੜੀ ਸਫਲਤਾ ਫਰੀਦਕੋਟ ਪੁਲਿਸ ਦੇ ਹੱਥ ਰੱਗੀ ਹੈ ਦੋ ਦਿਨ ਪਹਿਲਾਂ ਜਿਹੜਾ ਹੈਗਾ ਐਨਆਰਆਈ ਲੋਕ ਇੱਥੇ ਸੀ ਉਹਨਾਂ ਤੋਂ 1600 ਕਰੀਬ ਦੇ ਜਿਹੜਾ ਡਾਲਰ ਚੋਰੀ ਕੀਤੇ ਗਏ ਸੀਗੇ ਹੜੱਪੇ ਗਏ ਸੀਗੇ ਇੱਕ ਆਈਫੋਨ ਉਹਨਾਂ ਤੋਂ ਜਿਹੜਾ ਖੋਇਆ ਗਿਆ ਸੀ ਅਤੇ ਨਾਲ ਹੀ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਗੱਡੀਆਂ ਅਤੇ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਨੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਕਾਬੂ ਕੀਤਾ ਉਹਨਾਂ ਤੋਂ ਮੋਟਰਸਾਈਕਲ ਅਤੇ ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ ਸਾਰੀ ਗੱਲਬਾਤ ਕਰਾਂਗੇ ਦੇ ਨਾਲ DSP ਸਰਵਦੀਪ ਨੇ ਗੱਲਬਾਤ ਕਰਦੇ ਹਾਂ ਸਰ ਕੀ ਮਾਮਲਾ ਕਿਉਂਕਿ ਇੱਕ ਪਾਸੇ 26 ਜਿਹੜਾ ਜਨਵਰੀ ਦਾ ਦਿਹਾੜਾ ਚੱਲ ਰਿਹਾ ਦੂਜੇ ਪਾਸੇ ਕਾਫੀ ਜਿਹੜੀ ਰਿਕਵਰੀ ਜਿਹੜੀ ਫਰੀਦਕੋਟ ਪੁਲਿਸ ਦੇ ਹੱਥ ਲੱਗੀ ਹੈ ਸਫਲਤਾ ਸੁਣੀ ਦੇਖੋ 26 ਜਨਵਰੀ ਨੂੰ ਲੈ ਕੇ ਪੁਲਿਸ ਦੀਆਂ ਆਪਣੇ ਵੱਖ ਵੱਖ ਜਗ੍ਹਾ 'ਤੇ ਡਿਊਟੀਜ਼ ਚੱਲ ਰਹੀਆਂ ਹੈਗੀਆਂ ਛਾਪੇਮਾਰੀ ਚੱਲ ਰਹੀਆਂ ਹੈਗੀਆਂ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਅਸੀਂ ਉਸ ਹਰ ਐਂਗਲ ਤੋਂ ਆਪਣਾ ਕੰਮ ਕਰ ਰਹੇ ਹਾਂ ਬਟ ਅੱਜ ਤੋਂ 18 ਤਰੀਕ ਨੂੰ ਕੁਛ 18 ਤਰੀਕ ਨੂੰ ਸਾਡੇ ਕੋਲ ਕੰਪਲੇਂਟ ਆਈ ਸੀ ਕਿ ਕੋਈ ਲੇਡੀਜ਼ ਸੀਗੇ ਉਹਨਾਂ ਤੋਂ ਕੋਈ ਮੋਟਰਸਾਈਕਲ 'ਤੇ ਆਏ ਸੀ ਦੋ ਮੁੰਡੇ ਅਤੇ ਉਹਨਾਂ ਦਾ ਪਰਸ ਸਨੈਚ ਕਰਕੇ ਲੈ ਗਏ ਸੀ ਅਤੇ ਨਾਲ-ਨਾਲ ਅਸੀਂ ਉਹਨਾਂ ਦੇ ਪਿੱਛੇ ਵੀ ਉਹਨੇ ਉਸ ਟਾਈਮ ਤੋਂ ਹੀ ਲੱਗੇ ਹੋਏ ਸੀਗੇ ਅਤੇ ਸਾਨੂੰ ਇਹਦੇ 'ਚ ਕਾਮਯਾਬੀ ਮਿਲੀ ਜਦੋਂ ਉਹਦੇ ਵਿੱਚ ਆਪਾਂ ਦੋਨੋਂ ਸਨੈਚਰਸ ਜਿਹੜੇ ਮੌਕੇ ਤੇ ਆਏ ਸੀ ਖੋਨ ਉਹ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੀਸਰਾ ਬੰਦਾ ਜਿਹਨੂੰ ਉਹ ਅੱਗੇ ਸਮਾਨ ਵੇਚਦੇ ਸੀਗੇ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈ ਕਿੰਨੇ ਸੀ ਜਿਹੜੇ ਲੋਕ ਜਿਨ੍ਹਾਂ ਨੇ ਸਨੈਚ ਕੀਤੀ ਸੀ ਉਹ ਸਨੈਚ ਵਾਲੇ 2 ਜਾਣੇ ਸੀਗੇ ਜੀ ਮੌਕੇ ਤੇ ਜਿਹੜੇ ਆਏ ਸੀ ਅੱਗੇ ਫਿਰ ਅੱਗੇ ਸਮਾਨ ਵੇਚਦੇ ਹੁੰਦੇ ਸੀ ਅਸੀਂ ਟੋਟਲ 3 ਗ੍ਰਿਫਤਾਰੀਆਂ ਹੋਈਆਂ ਜੀ ਇਹਦੇ ਵਿੱਚ ਜਿਹੜੇ ਉਹ NRI ਸੀ ਉਹ ਕਿੱਥੋਂ ਆਏ ਸੀਗੇ ਕਿੱਥੇ ਜਾ ਰਹੇ ਸੀਗੇ ਕੀ ਉਹਨਾਂ ਤੋਂ ਜਿਹੜਾ ਉਹਨਾਂ ਨੇ ਖੋਇਆ ਸੀ ਜਿਹੜੇ NRI ਨੇ ਜੀ ਬੇਸਿਕਲੀ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਜੀ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਇੱਥੇ ਫਰੀਦਕੋਟ ਕਿਸੇ ਫੰਕਸ਼ਨ ਦੇ ਸੰਬੰਧ ਦੇ ਵਿੱਚ ਉਹ ਫਰੀਦਕੋਟ ਆਏ ਸੀਗੇ ਤਾਂ ਫੰਕਸ਼ਨ ਤੋਂ ਬਾਅਦ ਉਹਨਾਂ ਨੂੰ ਸੀਗਾ ਵੀ ਚਲੋ ਮੱਥਾ ਟੇਕਣ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਣ ਲੋ ਲੇਡੀਜ਼ ਜਾ ਰਹੇ ਸੀ ਇਕੱਲੇ ਅਤੇ ਉਹਨਾਂ ਤੋਂ ਉਹਨਾਂ ਦਾ ਬੈਗ ਸੀ ਉਹ ਸਨੈਚ ਕਰਕੇ ਲੈ ਗਏ ਸੀਗੇ ਬੈਗ ਦੇ ਵਿੱਚ ਕੁਝ ਕਾਗਜ਼ਾਤ ਸੀਗੇ ਕੁਝ ਡਾਲਰ ਸੀ ਉਹ ਵੱਖ ਵੱਖ ਕਰੰਸੀਆਂ ਦੇ ਡਾਲਰ ਸੀ ਜੀ ਉਹਨਾਂ ਦੇ ਉਹ ਸੀਗੇ ਅਤੇ ਮੋਬਾਈਲ ਫੋਨ ਸੀਗਾ ਅਤੇ ਕੁਝ ਹੋਰ ਡਾਕੂਮੈਂਟ ਸੀਗੇ ਮਾਮੀ ਉਹ ਵੀ ਸਾਰਾ ਕੁਝ ਹਾਂਜੀ ਜੀ ਉਹਦੇ ਵਿੱਚ ਆਪਾਂ ਉਹਦਾ ਬੈਗ ਉਹ ਬਰਾਮਦ ਕਰ ਲਿਆ ਜਿਹੜਾ ਹੋਰ ਸਮਾਨ ਸੀਗਾ ਵਿੱਚ ਉਹ ਵੀ ਬਰਾਮਦ ਹੋ ਗਿਆ ਜੀ ਡਾਲਰਸ ਕੁਝ ਆਪਾਂ ਬਰਾਮਦ ਕਰ ਲਏ ਹੈਗੇ ਕੁਝ ਸਾਡੇ ਕੋਲ ਇਨਪੁੱਟ ਹੈ ਵੀ ਜਿੱਥੇ ਅੱਗੇ ਚੇਂਜ ਕਰਵਾਏ ਨੇ ਇਹਨਾਂ ਨੇ ਉੱਥੇ ਹੁਣ ਅੱਗੇ ਰੇਡ ਕਰਕੇ ਅਤੇ ਬਾਕੀ ਦੇ ਬਰਾਮਦ ਕਰਾਂਗੇ ਜੀ ਉਹਨਾਂ ਦੀ ਪ੍ਰੋਫਾਈਲ ਕੀ ਹੈ ਜਿਹੜੇ ਸਨੈਚਿੰਗ ਵਾਲੇ ਪਹਿਲਾਂ ਮਾਮਲੇ ਦੇਖੋ ਪ੍ਰੋਫਾਈਲ ਐਸ ਸੱਚ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹਨਾਂ ਦਾ ਕੋਈ ਹੈਗਾ ਜੇ ਆਪਾਂ ਇਹ ਆਖੀਏ ਵੀ ਉਹਨਾਂ ਦੇ ਬਹੁਤ ਸਾਰੇ ਪਰਚੇ ਹੈ ਕੋਈ ਇਹੋ ਜਿਹਾ ਨਹੀਂ ਸੀਗਾ ਠੀਕ ਹੈ ਦੋ 25-25 ਸਾਲ ਦੇ 20-25 ਸਾਲ ਦੇ ਮੁੰਡੇ ਨੇ ਤਕਰੀਬਨ 2 ਜਾਣੇ ਉਹ ਅਤੇ ਕਿਸੇ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਕਿਤੇ ਕਰਦਾ ਸੀਗਾ ਅਤੇ ਇਸ ਤਰ੍ਹਾਂ ਦੀ ਕੋਈ ਉਹੋ ਜਿਹੀ ਨਹੀਂ ਕੋਈ ਕ੍ਰਿਮੀਨਲ ਵਾਲੀ ਪ੍ਰੋਫਾਈਲ ਨਹੀਂ ਹੈ ਆਪਾਂ ਕਹਿ ਸਕਦੇ ਬਹੁਤ ਸਾਰੇ ਮੁਕੱਦਮੇ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ DSP ਸਾਹਿਬ ਇੱਕ ਹੋਰ ਵੀ ਮਾਮਲਾ ਜਿਹੜਾ ਸਾਹਮਣੇ ਆਇਆ ਕਾਫੀ ਜਿਹੜੇ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ ਨਾਲ ਗੱਡੀਆਂ ਬਰਾਮਦ ਕੀਤੀਆਂ ਉਹ ਲੋਕ ਵੀ ਉਹ ਕਿਹੜਾ ਮਾਮਲਾ ਉਹਦੇ ਵਿੱਚ ਕਿੰਨੀ ਕੋਈ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਾਫੀ ਸਫਲਤਾ ਮਿਲੀ ਜੀ ਕਿਉਂਕਿ ਵੱਖ ਵੱਖ ਇੱਕ ਗਰੋਹ ਸੀਗਾ ਜੀ ਜਿਹੜਾ ਫਰੀਦਕੋਟ ਦੇ ਵਿੱਚ ਬੇਸਿਕਲੀ ਇੱਥੇ ਓਪਰੇਟ ਕਰ ਰਿਹਾ ਸੀ ਉਹਨਾਂ ਦਾ ਮੋਡਸ ਓਪਰੈਂਡੀ ਇਹ ਸੀਗਾ ਉਹ ਕੀ ਕਰਦੇ ਜਿੰਨੀਆਂ ਵੀ ਪੁਰਾਣੀਆਂ ਖੜੀਆਂ ਗੱਡੀਆਂ ਹੁੰਦੀਆਂ ਸੀ ਚਾਹੇ ਉਹ ਜੈਨ ਸੀਗੀ ਜਾਂ ਹੋਰ ਵੀ ਕੋਈ ਪੁਰਾਣੀਆਂ ਗੱਡੀਆਂ ਉਹਨਾਂ ਕੋਲ ਚਾਬੀਆਂ ਦਾ ਗੁੱਛਾ ਸੀ ਜਿਹਦੇ ਨਾਲ ਉਹ ਖੋਲ੍ਹ ਕੇ ਉਹ ਚਲਾ ਕੇ ਲੈ ਜਾਂਦੇ ਸੀ ਨਵੀਂ ਗੱਡੀ ਨੂੰ ਟਾਰਗੇਟ ਨਹੀਂ ਕਰਦੇ ਸੀ ਬੇਸਿਕਲੀ ਟਾਰਗੇਟ ਉਹ ਪੁਰਾਣੀ ਗੱਡੀ ਨੂੰ ਕਰਦੇ ਸੀ ਅੱਗੇ ਮੋਗੇ ਏਰੀਏ ਦੇ ਵਿੱਚ ਉਹਨਾਂ ਦਾ ਇੱਕ ਬੰਦੇ ਨਾਲ ਟਾਈ ਅਪ ਸੀ ਜਿੱਥੇ ਉਹ ਗੱਡੀ ਨੂੰ ਕੱਟ ਦਿੰਦੇ ਸੀਗੇ ਕੱਟ ਕੇ ਅਤੇ ਫਰਦਰ ਗੱਡੀ ਨੂੰ ਡਿਸਪੋਜ਼ ਕਰ ਦਿੰਦੇ ਸੀਗੇ ਇਹਦੇ ਵਿੱਚ ਵੀ ਆਪਾਂ ਨੂੰ ਕਾਮਯਾਬੀ ਮਿਲੀ ਜਦੋਂ ਆਪਾਂ ਉਹ ਗਰੋਹ ਫੜ ਲਿਆ ਜਿਨ੍ਹਾਂ ਤੋਂ ਆਪਾਂ 3 ਕਾਰਾਂ ਬਰਾਮਦ ਕੀਤੀਆਂ ਜੀ ਉਹ ਕਿਵੇਂ ਕਾਬੂ ਕਿਵੇਂ ਆਏ ਤੁਹਾਡੇ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਉਹਨਾਂ ਨੂੰ ਦੇਖੋ ਇਹਨਾਂ ਦੇ ਦੇਖੋ ਇਨਫੋਰਮੇਸ਼ਨ ਆਪਣੇ ਕੋਲ ਜਿਵੇਂ ਕੋਈ ਚੋਰੀ ਹੁੰਦੀ ਹੈਗੀ ਆ ਮੁਕੱਦਮਾ ਦਰਜ ਹੋ ਜਾਂਦਾ ਹੈਗਾ ਜਦੋਂ ਮੁਕੱਦਮਾ ਦਰਜ ਹੋ ਜਾਂਦਾ ਹੈਗਾ ਤਾਂ ਪੁਲਿਸ ਅਸੀਂ ਉਹਦੇ ਭਾਲ ਦੇ ਵਿੱਚ ਲੱਗ ਜਾਂਦੇ ਹਾਂ ਬੇਸਿਕਲੀ ਸੋਰਸਿਸ ਵੀ ਅਸੀਂ ਆਪਦੇ ਯੂਜ਼ ਕਰਦੇ ਹੈਗੇ ਹਾਂ ਕਈ ਵਾਰ ਜਦੋਂ ਉੱਥੋਂ ਲੈ ਕੇ ਜਾਂਦੇ ਨੇ CCTV ਕੈਮਰੇਸ ਵੀ ਅਸੀਂ ਫੋਲੋ ਕਰਦੇ ਹੈਗੇ ਹਾਂ ਟੈਕਨੀਕਲ ਅਸੀਂ ਮਦਦ ਵੀ ਲੈਂਦੇ ਹਾਂ ਵੀ ਇੱਥੇ ਇਹ ਬੰਦੇ ਕੌਣ ਇੱਥੇ ਕਿਹੜੇ ਕਿਹੜੇ ਮੋਬਾਈਲ ਚੱਲੇ ਆ ਕਿਸ ਤਰੀਕੇ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਇਸਤੇਮਾਲ ਕਰਦੇ ਹੋਏ ਅਸੀਂ ਇੱਕ ਗਰ
ਸਾਨੂੰ ਉੱਥੋਂ ਕਲੀਅਰ ਹੋਇਆ ਵੀ ਇਹ ਬੰਦੇ ਆ। ਉਸ ਤੋਂ ਬਾਅਦ ਚ ਫਿਰ ਫਰਦਰ ਰਿਕਵਰੀ ਸਾਰਾ ਸਿਲਸਿਲਾ ਚੱਲ। ਕਿੰਨੇ ਕਿੰਨੇ ਮੋਟਰਸਾਈਕਲ ਬਰਾਮਦ ਕਰ ਲਏ? ਇਹਦੇ ਵਿੱਚ 3 ਕਾਰਾਂ ਹੋ ਗਈਆਂ ਜੀ, 14 ਮੋਟਰਸਾਈਕਲ ਹੋ ਗਏ, ਕੁਝ ਕਬਾੜ ਦਾ ਸਮਾਨ ਹੈ ਜੋ ਕਿ ਕੱਟਿਆ ਹੋਇਆ ਹੈਗਾ ਜਿਵੇਂ ਉਹ ਵੀ ਅੱਗੇ ਬਰਾਮਦ ਹੋਇਆ। ਇਹਨਾਂ ਦੀ ਕੋਈ ਪ੍ਰੋਫਾਈਲ ਜਿਹੜੇ ਇਹ ਚੋਰ ਗਰੋਹ ਹੈ? ਹੈਗੇ ਨੇ ਜੀ, ਇੱਕ ਇੱਕ ਮੁਕੱਦਮਾ ਇਹਦੇ ਵਿੱਚੋਂ ਇੱਕ ਤਾਂ ਕੋਟਕਪੁਰੇ ਦਾ ਰਹਿਣ ਵਾਲਾ ਹੈ, 3 ਮੋਗੇ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਨੇ, ਤੇ ਇਹਨਾਂ ਤੇ ਪਹਿਲਾਂ ਵੀ 379 411 ਦੇ ਚੋਰੀ ਦੇ ਮੁਕੱਦਮੇ ਦਰਜ। ਰਮਾਨ ਅਸਲ ਕਰਕੇ ਪੁੱਛਗਿੱਛ ਕੀਤੀ ਹੋਵੇ, ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਖੁਲਾਸੇ ਹੋਣ? ਬਿਲਕੁਲ ਬਿਲਕੁਲ ਜੀ, ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਜੀ ਰਿਮਾਂਡ ਲਵਾਂਗੇ ਜੀ। ਉਸ ਤੋਂ ਬਾਅਦ 'ਚੋਂ ਫਿਰ ਫਰਦਰ ਇਨਵੈਸਟੀਗੇਸ਼ਨ ਹੋਊਗੀ, ਜੋ ਅੱਗੇ ਫਿਰ ਰਿਕਵਰੀ ਹੋਊਗੀ ਫਿਰ ਉਸ ਅਕੋਰਡਿੰਗਲੀ ਕਰਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਸਾਡੇ ਨਾਲ ਉਹ NRI ਵੀਰ ਹੈ ਜਿਹੜਾ, ਕਿਉਂਕਿ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਉਹਨਾਂ ਦੀ ਮੰਨਣਾ ਹੁੰਦਾ ਕਿ ਆਪਦੀ ਧਰਤੀ 'ਤੇ ਜਾਈਏ, ਅਤੇ ਆਪਦੀ ਧਰਤੀ 'ਤੇ ਆਉਂਦੇ ਆ, ਅਤੇ ਜਦੋਂ ਆਪਦੀ ਧਰਤੀ 'ਤੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜੋ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਬੜਾ ਦੁੱਖ ਲੱਗਦਾ ਹੈ। ਕਿਉਂਕਿ ਇੱਕ ਇਹ ਵੀ ਹੁਣ ਜਿਹੜੀ ਹਵਾ ਬਣੀ ਵੀ ਹੈ, ਤੁਸੀਂ ਦੇਖਦੇ ਹੋ ਕਿ ਜਿੰਨੇ ਨੌਜਵਾਨ ਹੈ, ਜਿੰਨਾ ਹਰ ਮਾਪੇ ਆ, ਉਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਸੇਫ ਨਹੀਂ, ਉਹਨਾਂ ਦੇ ਬੱਚੇ ਜਿਹੜੇ ਬਾਹਰ ਨੂੰ ਜਾ ਰਹੇ ਆ। ਤਾਂ ਅਜਿਹੀਆਂ ਜਦੋਂ ਘਟਨਾ ਵਾਪਰਦੀਆਂ ਤਾਂ ਉਦੋਂ ਵਾਕਈ ਉਹਨਾਂ ਦੀ ਪੱਕੇ ਤੌਰ 'ਤੇ ਪੁਸ਼ਟੀ ਹੁੰਦੀ ਹੈ ਵੀ ਵਾਕਈ ਪੰਜਾਬ ਦੇ ਜੇ ਹਾਲਾਤ ਨੇ। ਤਾਂ NRI ਉਹ ਵੀਰ ਸਾਡੇ ਨਾਲ ਹੈ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ, ਸਾਰੀ ਜਾਣਕਾਰੀ ਹਾਸਲ ਕਰਦੇ ਹਾਂ। ਸਰ ਕੀ ਨਾਂ ਹੈ ਤੁਹਾਡਾ? ਮੇਰਾ ਗੁਰਦੀਪ ਸਿੰਘ ਹੈ ਜੀ, ਮੇਰੀ ਵਾਈਫ ਦੇ ਹੱਥੋਂ ਪਰਸ ਹੋਇਆ ਸੀਗਾ ਜੀ। ਹਾਂਜੀ। ਕਿੱਥੋਂ ਆਏ ਹੈ ਤੁਸੀਂ, ਇਹ ਕਦੋਂ ਦਾ ਮਾਮਲਾ? ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਹੈ ਜੀ। 17 ਸੀਗੀ ਉਸ ਦਿਨ, ਇਹਨਾਂ ਦੇ ਪੋਤੇ ਦੀ ਲੋਹੜੀ ਸੀਗੀ, ਇਹਨਾਂ ਦਾ ਮੁੰਡਾ ਸਾਡੇ ਨਾਲ ਲੋਹੜੀ 'ਤੇ ਆਈ ਸੀਗੀ। ਹਾਂਜੀ, ਆਸਟ੍ਰੇਲੀਆ 'ਚ ਇਹਨਾਂ ਦਾ ਬੱਚਾ, ਅਤੇ ਅਸੀਂ ਫੈਮਿਲੀ ਫਰੈਂਡਸ ਹਾਂ ਉੱਥੇ ਭਾਈਆਂ ਦੀ ਤਰ੍ਹਾਂ, ਅਤੇ ਉੱਥੋਂ ਆਏ ਅਸੀਂ, ਥੋੜ੍ਹਾ ਜਲਦੀ ਆ ਗਿਆ ਸੀਗਾ, ਚਲੋ ਬਾਬਾ ਫਰੀਦ ਦੇ ਮੱਥਾ ਟੇਕ ਚੱਲਦੇ ਕਿਉਂਕਿ ਇੱਧਰ ਆਉਣਾ ਹੁੰਦਾ ਨਹੀਂ ਜ਼ਿਆਦਾ, ਅਤੇ ਮੱਥਾ ਟੇਕ ਜਦੋਂ ਵਾਪਸ ਆਏ ਫਿਰ ਉਦੋਂ ਇਹ ਇੰਸੀਡੈਂਟ ਹੋਇਆ ਜੀ। ਕਿੰਨਾ ਕੁ ਦੁੱਖ ਲੱਗਿਆ ਜਦੋਂ ਇੱਕ ਧਾਰਮਿਕ ਸਥਾਨ 'ਤੇ ਆਸਥਾ ਹੁੰਦੀ ਆ ਆਪਾਂ ਮੱਥਾ ਟੇਕ ਕੇ ਵਾਪਸ ਆਏ, ਅਤੇ ਜੋ ਉਦੋਂ ਬਾਅਦ ਫਿਰ ਇਹ ਘਟਨਾ ਵਾਪਰ? ਨਹੀਂ, ਸਾਨੂੰ ਟਰੱਸਟ ਸੀਗਾ ਜੀ, SSP ਸਾਹਿਬ ਨੇ ਦਵਾਇਆ, ਫਿਰ CA ਸਟਾਫ ਨੇ, ਬਹੁਤ ਉਸ ਵਕਤ ਦੁੱਖ ਤਾਂ ਬਹੁਤ ਲੱਗਿਆ ਨਾ? ਨਹੀਂ, ਸਾਨੂੰ ਸੀਗਾ ਵੀ ਬਾਬਾ ਫਰੀਦ ਦੇ ਆਇਆ ਸੀ, ਸਾਡੀ ਹੱਕ ਦੀ ਕਮਾਈ ਹੈ, ਕਿਤੇ ਨਹੀਂ ਜਾਂਦੀ। ਮੈਂ ਆਪਣੀ ਵਾਈਫ ਨੂੰ ਵੀ ਕਿਹਾ, ਮੈਂ ਕਿਤੇ ਨਹੀਂ ਜਾਂਦੀ, ਟੈਨਸ਼ਨ ਨਾ ਲੈ, ਆਪਾਂ ਮਿਹਨਤ ਕਰੀਏ, ਮਿਲੂਗੀ ਆਪਾਂ ਨੂੰ। ਜਿਹੜੀ ਗੱਲ ਮੈਂ ਕਹੀ ਹੈ, ਜਿਵੇਂ ਹੁਣ ਆਪਣੇ ਨੌਜਵਾਨ ਪੀੜ੍ਹੀ ਹੈ ਬਾਹਰ ਜਾ ਵੜੀ ਹੈ, ਸਾਰੇ ਜਾ ਰਹੇ ਆ, ਉਹਨਾਂ ਦੇ ਮਾਂ ਪਿਓ ਵੀ ਇਹ ਸੋਚਦੇ ਯਾਰ ਆਪਾਂ ਇੱਥੇ ਸੇਫ ਨਹੀਂ ਗੇ, ਤੁਸੀਂ ਬਾਹਰ ਜਾ ਵੜੋ, ਉਹਨੂੰ ਕਿਵੇਂ ਮੰਨਦੇ ਹੋ, ਠੀਕ ਹੈ ਜਾਂ ਕਿਵੇਂ? ਨਹੀਂ, ਮੈਂ ਸੇਫਟੀ ਨੂੰ ਲੈ ਕੇ ਨਹੀਂ, ਉਹ ਕੰਸਰਨ ਹੈਗਾ ਇੰਪਲੋਇਮੈਂਟ ਦਾ ਉੱਚ, ਕਿਉਂਕਿ ਪੁਲਿਸ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਨੇ ਕਿੰਨਾ ਵਧੀਆ ਕਰ ਰਹੀ ਹੈ CA ਸਟਾਫ, SSP ਸਾਹਿਬ ਨੇ, ਉਹ ਪ੍ਰੋਬਲਮ ਆ ਇੰਪਲੋਇਮੈਂਟ ਦੀ, ਉਹਨਾਂ ਨੂੰ ਅੱਗੇ ਨਹੀਂ ਕੁਛ ਦੇਖਦਾ ਕਿ ਸਾਡੇ ਬੱਚੇ ਕਰਨਗੇ ਕੀ। ਤਾਂ BTECH ਕਰ ਲਈ, ਉਹ ਹੁਣ PM ਤਾਂ ਲੱਗ ਨਹੀਂ ਸਕਦਾ, ਫਿਰ ਉਹ ਸਾਰੇ ਕਹਿੰਦੇ ਕਿ ਚਲੋ ਬਾਹਰ ਚੱਲਦੇ ਹਾਂ, ਤਾਂ ਬਾਹਰ ਜਾ ਕੇ ਉਹਨਾਂ ਨੂੰ ਇੰਪਲੋਇਮੈਂਟ ਅੱਛਾ ਮਿਲਦਾ ਅਤੇ ਇਨਕਮ ਵਧੀਆ ਹੁੰਦੀ ਆ, ਅਤੇ ਇਸ ਕਰਕੇ ਸਾਰੇ ਜਾਂਦੇ ਨੇ। ਮੇਰੀ ਥਿੰਕਿੰਗ ਇਹ ਕੀ ਚੀਜ਼ ਸੀ ਤੁਹਾਡੇ ਕੋਲ, ਵਾਈਫ ਕੋਲ ਕਿੰਨੇ ਡਾਲਰ ਕਿੰਨੇ ਸੀਗੇ, ਹੋਰ ਕੀ ਕੁਛ ਸੀ? ਡਾਲਰ ਸੀਗੇ ਜੀ, ਆਸਟ੍ਰੇਲੀਅਨ ਸੀਗੇ 1000 ਕੁ, ਫਿਰ ਥੋੜ੍ਹੇ ਜਿਹੇ UK ਦੇ ਪੌਂਡ ਸੀਗੇ, ਹਾਂਗਕਾਂਗ ਦੇ ਸੀਗੇ ਵਿੱਚ, ਸਿੰਗਾਪੁਰ ਦੇ ਵੀ ਸੀਗੇ, ਅਤੇ ਨਿਊਜ਼ੀਲੈਂਡ ਸੀਗੇ। ਇੰਡੀਅਨ ਮੰਨ ਲਈਏ ਤਾਂ ਆਪਾਂ, ਕਿੰਨਾ ਕੁ ਜਿਹੜਾ ਤੁਹਾਡਾ ਨੁਕਸਾਨ ਹੋਇਆ ਸੀ ਉਸ ਵਕਤ? ਕਿਉਂਕਿ ਪਰਸ 1800 ਦਾ ਹੋ ਗਿਆ ਅਤੇ ਜਿੰਮੀ 'ਚ 500-300। ਹਾਂਜੀ, ਅਰਾਊਂਡ 2.25 ਕਰੋੜ ਸਮੇਤ ਫੋਨ ਦੇ। ਹਾਂਜੀ, ਵਿੱਚ ਐਨਕਾਂ ਸੀਗੀਆਂ ਇੱਕ ਜਿੰਮੀ ਚੂਦੀਆਂ, ਉਹ $500-600 ਨੇ ਦੇ, ਪਰਸ 1800 ਹਾਂਜੀ। ਹੁਣ ਤੁਸੀਂ ਸੰਤੁਸ਼ਟ ਹੈ ਪੰਜਾਬ? ਅਸੀਂ ਸੈਟਿਸਫਾਈ ਜੀ, ਪਹਿਲਾਂ ਸਾਡਾ ਬੱਚਾ ਉਹ ਕਹਿੰਦਾ ਸੀਗਾ ਵੀ ਅਸੀਂ ਨਹੀਂ ਆਉਣਾ ਅੱਗੇ ਨੂੰ, ਪਰ ਹੁਣ ਉਹਨੇ ਸਾਰਾ ਕੁਛ ਦੇਖਿਆ, ਤਾਂ ਹੀ ਮੈਂ ਅੱਜ ਨੂੰ ਇੱਥੇ ਵੀ ਲੈ ਕੇ ਆਇਆ, ਮੈਂ ਦੇਖ ਦੂੰ, ਆਉਂਦਾ ਨਹੀਂ ਸੀਗਾ, ਮੈਂ ਤੈਨੂੰ ਕੌਨਫੀਡੈਂਸ ਹੋਊਗਾ ਕਿ ਹੈਗੀ ਪੁਲਿਸ। ਤੁਹਾਡਾ ਬੱਚਾ ਕਾਫੀ ਉਹਦੇ ਮਨ ਤੇ ਸੱਟ ਲੱਗੀ? ਕਿਉਂਕਿ ਉੱਥੇ ਹੁੰਦਾ ਨਹੀਂ ਹੈ, ਤਾਂ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕਿਆ, ਉਹ ਜਿਵੇਂ ਬੋਲੀ ਜਾਂਦੇ ਆ ਸਾਰੇ, ਉਹ ਸੁਣੀ ਜਾਂਦੇ ਆ ਮੀਡੀਆ ਦੇ 'ਤੇ। ਹਾਂ, ਉਹ ਬੱਚਾ ਹੈਗਾ ਨਾਲ ਹੁਣ? ਹਾਂਜੀ ਹੈਗਾ। ਬੁਲਾਓਗੇ ਮਾੜਾ ਬੱਚੇ ਨੂੰ? ਹੋਰ ਫਿਰ ਤੁਹਾਨੂੰ ਕਿਵੇਂ ਲੱਗਿਆ ਇੰਡੀਆ ਦਾ, ਵੀ ਯਾਨੀ ਕਿ ਹੁਣ ਤੁਸੀਂ ਦੱਸਤਾ ਵੀ ਪੰਜਾਬ ਪੁਲਿਸ ਦਾ ਤਾਂ ਬਹੁਤ ਵਧੀਆ ਕੰਮ? ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਜੀ, ਠੀਕ ਹੈ ਜੀ, ਵਧੀਆ ਲੱਗਦਾ, ਫੰਕਸ਼ਨ ਹੁੰਦੇ ਇੱਥੇ, ਸੋਸ਼ਲ ਲਾਈਫ ਬਹੁਤ ਸੋਹਣੀ ਹੈ। ਡਾਲਰ 'ਤੇ ਉਹ ਜਿਹੜਾ ਚੋਰੀ ਹੋਇਆ ਮਿਲ ਗਿਆ ਸਮਾਨ? ਹਾਂਜੀ, ਇਹਨਾਂ ਨੇ ਕੀਤਾ ਬਰਾਮਦ, ਹੁਣ ਦੱਸਣਗੇ ਜੀ। ਤਾਂ ਆ ਬੱਚਾ ਹੈ ਕਿਤੇ ਨਾ ਕਿਤੇ ਜਿਹੜਾ ਮਹਿਸੂਸ ਜ਼ਰੂਰ ਹੋਇਆ ਸੀਗਾ, ਕਿਉਂਕਿ ਇੰਡੀਆ ਦੇ ਵਿੱਚ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਹਾਲਾਤ ਮਾੜੇ ਹੈ। ਬੇਟੇ ਕਿਵੇਂ ਲੱਗਿਆ ਜਦੋਂ ਉਹ ਘਟਨਾ ਵਾਪਰੀ, ਤੁਸੀਂ ਨਾਲ ਸੀਗੇ? ਅੱਗੇ ਦਾ ਮਹਾਰਾਜ, ਉਹ ਪਿੱਛੇ ਦੀ ਮਾਂ, ਉਹਨਾਂ ਦੀ ਮਾਸੀ ਵੀ ਨਹੀਂ ਨਾਲ ਅਤੇ ਨਾਨੀ। ਫਿਰ ਪਹਿਲਾਂ ਲੱਗਿਆ ਬਈ ਚੁੰਨੀ ਫਸ ਗਈ ਵਿੱਚ ਮੋਟਰਸਾਈਕਲ ਦੇ, ਫਿਰ ਜਦ ਪਤਾ ਲੱਗਿਆ ਬਈ ਪਰਸ ਲੈ ਗਏ, ਫਿਰ ਉੱਥੇ ਕਿੰਨੇ ਕਿੰਨੇ ਉਦੋਂ ਫਿਰ ਕਿਵੇਂ ਲੱਗਿਆ ਤੈਨੂੰ? ਕੀ ਫਰਕ ਲੱਗਿਆ ਕੋਈ ਜਿਵੇਂ ਬਾਹਰਲੇ ਦੇਸ਼ਾਂ ਦਾ ਤੇ ਆਪਣੇ ਇੰਡੀਆ ਦਾ ਜਾਂ ਤੁਹਾਡੀ ਕੰਟਰੀ ਦਾ? ਹੁਣ ਜ਼ਿਆਦਾ ਸੇਫਟੀ ਜੀ ਲੱਗਣ ਲੱਗੀ ਹੋਈ। ਉਦੋਂ ਕਿਵੇਂ ਲੱਗਿਆ ਸੀ ਜਦੋਂ ਚੋਰੀ ਹੋਈ ਹੈ? ਬਈ ਉਰੇ ਸੇਫਟੀ ਨਹੀਂ, ਸੇਫਟੀ ਨਹੀਂ ਹੈ।
ਅੱਜ ਲੱਗਦੀ ਪੂਰੀ ਵੀ ਪੰਜਾਬ ਪੁਲਿਸ ਨੇ ਵਧੀਆ ਕੰਮ ਕੀਤਾ ਧੰਨਵਾਦ ਕਰਦੇ ਫਿਰ ਐਸਐਸ ਸਟਾਫ ਦਾ ਤੇ ਸੀਨੀਅਰ ਸਟਾਫ ਦਾ ਥੈਂਕ ਯੂ ਸੀਆਈਏ ਸਟਾਫ ਉਹਦੋਂ ਤੂੰ ਆਪਦੇ ਡੈਡੀ ਮੰਮਾ ਨੂੰ ਕੀ ਕਿਹਾ ਸੀ ਕਿ ਮੈਂ ਹੁਣ ਪੰਜਾਬ ਨਹੀਂ ਆਉਂਗਾ ਆਈ ਉਹ ਕ੍ਰਾਈਮ ਬਹੁਤ ਹੈ ਗਾਂ ਉੱਠ ਕੇ ਹੁਣ ਕਿਵੇਂ ਲੱਗਦਾ ਹੁਣ ਆਏਗਾ ਆਊਗਾ ਹੁਣ ਠੀਕ ਹੈ ਸੇਫ ਹੈ ਪੰਜਾਬ ਤੁਸੀਂ ਕੀ ਮੰਨਦੇ ਹੋ ਕਿਉਂਕਿ ਜਦੋਂ ਤੁਹਾਡੇ ਕੋਲ ਬਾਹਰਲੇ ਹੁਣ ਐਨ ਆਰ ਆਈ ਵੀਰ ਆਏ ਤੁਹਾਡੇ ਕੋਲ ਆਏ ਹੈ ਦੁੱਖ ਤਾਂ ਤੁਹਾਨੂੰ ਇਹਨਾਂ ਨਾਲ ਜ਼ਿਆਦਾ ਲੱਗਿਆ ਹੋਣਾ ਯਾਰ ਵੀ ਮੇਰੇ ਕੋਲ ਆਏ ਮੈਨੂੰ ਤਾਂ ਜੀ ਖੁਦ ਆਪ ਨੂੰ ਬੇਇੱਜ਼ਤੀ ਮਹਿਸੂਸ ਹੋਈ ਵੀ ਇੱਕ ਮੈਂ ਵੀ ਖੁਦ ਮਹਿਕਮੇ 'ਚ ਰਿਹਾ ਬਟ ਜਦੋਂ ਇਹ ਘਟਨਾ ਵਾਪਰੀ ਤਾਂ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਵਾਤਾ ਸੀ ਮੈਂ ਖੁਦ ਮਹਿਕਮੇ ਰਿਹਾ ਸਾਡੀ ਪੁਲਿਸ ਇੰਨੀ ਕਾਬਲ ਹੈਗੀ ਹੈ ਚਿੰਤਾ ਮਤ ਕਰੋ ਤੁਹਾਡਾ ਸਮਾਨ ਦਵਾ ਕੇ ਹੀ ਭੇਜਾਂਗੇ ਐਸ ਐਸ ਪੀ ਸਾਹਿਬ ਬਹਾਦਰ ਜੀ ਦੇ ਦਿਸ਼ਾ ਨਿਰਦੇਸ਼ 'ਤੇ ਰਜੇਸ਼ ਜੀ ਨੇ ਸੀ ਆਈ ਸਟਾਫ ਨੇ ਅਤੇ ਕੇਵਲ ਇਸ ਸਮੇਤ ਪੂਰੀ ਸੀ ਆਈ ਪੋਲਟੀ ਨੇ ਮੈਂ ਕਹਿੰਦਾ ਸਾਡਾ ਫੋਨ ਅਸੀਂ ਅੱਧੀ ਰਾਤ ਵੀ ਇਹਨਾਂ ਨੂੰ ਫੋਨ ਕੀਤਾ ਅਤੇ ਇਹਨਾਂ ਨੇ ਅਟੈਂਡ ਕੀਤਾ ਅਤੇ ਇਹਨਾਂ ਨੇ ਕੇਵਲ ਦੀ ਮੇਰੇ ਨਾਲ 10 ਵਜੇ ਗੱਲ ਹੋਈ ਆ 22 ਤਰੀਕ ਨੂੰ ਅਤੇ ਰਾਤ ਨੂੰ 10 ਵਜੇ ਨੂੰ 9-10 ਘੰਟਿਆਂ ਦੇ ਵਿੱਚ ਇਹਨਾਂ ਨੂੰ ਬੰਦਾ ਚੱਕ ਲਿਆ ਬਾਈ ਇਹ ਤਾਂ ਨਹੀਂ ਕਿ ਜਿਵੇਂ ਮਤਲਬ ਤੁਸੀਂ ਮਹਿਕਮੇ 'ਚ ਰਹੇ ਹੈ ਤਾਂ ਐਡੀ ਛੇਤੀ ਰਿਕਵਰੀ ਹੋ ਗਈ ਸਾਰਾ ਹੱਲ ਹੋ ਗਿਆ ਜੇ ਤੁਸੀਂ ਨਾ ਹੁੰਦੇ ਇਕੱਲੇ ਹੁੰਦੇ ਐਨ ਆਰ ਆਈ ਵੀ ਅਤੇ ਇਹਨਾਂ ਦਾ ਕੋਈ ਗੱਲ ਹੀ ਨਾ ਸੁਣਦਾ ਇਹ ਤਾਂ ਨਹੀਂ ਸੀ ਕਿਤੇ ਗੱਲ ਨਹੀਂ ਜੀ ਨਹੀਂ ਇਹਨਾਂ ਨੂੰ ਸੀ ਆਈ ਸਟਾਫ ਨੂੰ ਅਤੇ ਮਤਲਬ ਮਹਿਕਮੇ ਨੂੰ ਤਾਂ ਪਤਾ ਹੀ ਮੇਰਾ ਬਾਅਦ 'ਚ ਲੱਗਿਆ ਵੀ ਮੈਂ ਪੁਲਿਸ ਮੁਲਾਜ਼ਮ ਅਤੇ ਰਿਟਾਇਰਡ ਹਾਂ ਅੱਛਾ ਪਹਿਲਾਂ ਨਹੀਂ ਦੱਸਿਆ ਪਹਿਲਾਂ ਮੈਂ ਦੱਸਿਆ ਹੀ ਨਹੀਂ ਇਹਨਾਂ ਤੋਂ ਪਤਾ ਹੀ 22 ਤਰੀਕ ਨੂੰ ਲੱਗਿਆ ਰਜੇਸ਼ ਜੀ ਦਾ ਮੈਨੂੰ ਫੋਨ ਆਇਆ ਇਹਨਾਂ ਨੇ ਕਿਸੇ ਤੋਂ ਫੋਨ ਲਿਆ ਮੇਰਾ ਵੀ ਕਿੰਨਾ ਦੇ ਘਰ ਆਏ ਸੀ ਐਨ ਆਰ ਆਈ ਅਤੇ ਜਦੋਂ ਇਹਨਾਂ ਮੇਰੇ ਨਾਲ ਗੱਲ ਕੀਤੀ ਮੈਂ ਉਦੋਂ ਦੱਸਿਆ ਜੀ ਮੈਂ ਦਲਬੀਰ ਬੋਲਦਾ ਸਬ ਇੰਸਪੈਕਟਰ ਰਿਟਾਇਰਡ ਇਹ ਇਹਨਾਂ ਨੇ ਫਿਰ ਕਿਹਾ ਬੇਫਿਕਰ ਹੋ ਜਾਓ ਤੁਸੀਂ ਸ਼ਾਮ ਤੱਕ ਬੰਦੇ ਫੜ ਲਾਂਗੇ ਕਿੰਨਾ ਕੁ ਫਿਰ ਤੁਸੀਂ ਮੰਨਦੇ ਹੋ ਇੰਡੀਆ ਨੂੰ ਅਤੇ ਬਾਹਰਲੀਆਂ ਕੰਟਰੀਆਂ ਨੂੰ ਸੇਫ ਨੂੰ ਲੈ ਕੇ ਨਹੀਂ ਭਾਅ ਜੀ ਸੇਫ ਇੱਥੇ ਐਡੀ ਕੋਈ ਖਾਸ ਗੱਲ ਨਹੀਂ ਜਿਵੇਂ ਭਾਅ ਜੀ ਹੁਣ ਐਨ ਆਰ ਆਈ ਨੇ ਇਹਨਾਂ ਨੂੰ ਦੱਸਿਆ ਵੀਰ ਨੇ ਤਾਂ ਇਹਨਾਂ ਨੇ ਆ ਕੇ ਤੁਹਾਡੇ ਕੋਲ ਜਦੋਂ ਗੱਲ ਕੀਤੀ ਉਹਨੇ ਇਹਨਾਂ ਦੀ ਵਾਈਫ ਨੇ ਜਾਂ ਬੱਚੇ ਤੁਹਾਡੇ ਕੋਲ ਕਹਿੰਦੇ ਹੋਣੇ ਵੀ ਅੱਗੇ ਤੋਂ ਅਸੀਂ ਨਹੀਂ ਆਉਣਾ ਇੱਥੇ ਹਾਂ 13 ਬੱਚੇ ਜਿਵੇਂ ਬੇਟੇ ਨੇ ਛੋਟੇ ਨੇ ਦੱਸਿਆ ਬੇਟੀ ਉਦੋਂ ਜਦੋਂ ਪਰਸ ਖੋਇਆ ਕਿਉਂਕਿ ਕੀਮਤੀ ਪਰਸ ਸੀ ਉਹਦਾ ਉਹ ਕਾਫੀ ਘਬਰਾਈ ਰੋਈ ਨਾਲੇ ਰੋਈ ਜਾਂਦੀ ਨਾਲੇ ਕਹਿ ਰਹੀ ਸੀ ਮੈਂ ਅੱਗੇ ਤੋਂ ਨਹੀਂ ਆਊਗੀ ਇੰਡੀਆ ਪਹਿਲੀ ਵਾਰ ਆਈ ਹਾਂ ਅੱਗੇ ਤੋਂ ਨਹੀਂ ਆਊਗੀ ਹੁਣ ਕਹਿੰਦੀ ਨਹੀਂ ਹੁਣ ਜ਼ਰੂਰ ਆਵਾਂਗੇ ਐਡੀ ਕੋਈ ਦਿੱਕਤ ਨਹੀਂ ਹੈ ਤਾਂ ਸੁਣਿਆ ਤੁਸੀਂ DSP ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਉਹਨਾਂ ਵੱਲੋਂ ਜਿਹੜੀ 26 ਜਨਵਰੀ ਨੂੰ ਲੈ ਕੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਸੀ ਉਸ ਦੌਰਾਨ ਵੱਡੀ ਜਿਹੜੀ ਸਫਲਤਾ ਹਾਸਲ ਹੋਈ ਹੈ ਅਤੇ ਨਾਲ ਹੀ ਜਿਹੜੇ NRI ਸੀਗੇ ਜਦੋਂ ਉਹਨਾਂ ਦੇ ਨਾਲ ਇਹ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੇ ਬੱਚੇ ਇੱਥੋਂ ਤੱਕ ਕਹਿ ਦਿੰਦੇ ਕਿ ਅੱਗੇ ਤੋਂ ਅਸੀਂ ਜਿਹੜਾ ਇੰਡੀਆ ਦੇ ਵਿੱਚ ਪੈਰ ਵੀ ਨਹੀਂ ਰੱਖਾਂਗੇ ਅਤੇ ਪਰ ਹੁਣ ਜਦੋਂ ਪੁਲਿਸ ਦੀ ਐਡੀ ਵੱਡੀ ਸਫਲਤਾ ਇੰਨੀ ਛੇਤੀ ਉਹਨਾਂ ਨੂੰ ਜਿਹੜਾ ਇਨਸਾਫ ਮਿਲਿਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸੰਤੁਸ਼ਟ ਦਿਖਾਈ ਦਿੰਦੇ ਨੇ ਕਿਉਂਕਿ ਬੱਚੇ ਨੇ ਖੁਦ ਆਪਦਾ ਕਿਹਾ ਹੈ ਕਿ ਇੱਥੇ ਕ੍ਰਾਈਮ ਬਹੁਤ ਹੈ ਕੋਈ ਸੇਫ ਨਹੀਂ ਗਾ ਅੱਜ ਉਹ ਵੀ ਮੰਨਦਾ ਹੈ ਕਿ ਇੱਥੇ ਵਾਕਈ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਤਾਂ ਵੱਡੀ ਪ੍ਰਾਪਤੀ ਜਿਹੜੀ ਫਰੀਦਕੋਟ ਦੀ ਪੁਲਿਸ ਨੂੰ ਹੋਈ ਹੈ ਬਹੁਤ ਵਧੀਆ ਕੰਮ ਹੈ ਕਾਫੀ ਜਿਹੜੀ ਸਰਾਹਣਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਫਰੀਦਕੋਟ ਪੁਲਿਸ ਹੈ ਲਗਾਤਾਰ ਜਿਹੜੀ ਗਲਤ ਅੰਸਰਾਂ ਨੂੰ ਜਿਹੜਾ ਫੜਨ ਲਈ ਤਤਪਰ ਰਹੇਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ